ਸਾਥੀਓ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਕੈਨੇਡਾ ਵਰਗੇ ਦੇਸ਼ ਹੈ ਜਿੱਥੇ ਲੋਕ ਆਉਂਦੇ ਇਸ ਕਰਕੇ ਸਰਦੀਆਂ ਦੇ ਵਿੱਚ ਕਿ ਫਾਲ ਦਾ ਸੀਜ਼ਨ ਹੁੰਦਾ ਔਰ ਫਾਲ ਦੇ ਵਿੱਚ ਇੱਕ ਨਜ਼ਾਰਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਕਿ ਬੂਟੇ ਅਲੱਗ ਅਲੱਗ ਰੰਗ ਦੇ ਇੱਕ ਐਸਾ ਪੈਨੋਰਾਮਿਕ ਵਿਊ ਬਣਾਉਂਦੇ ਆ ਜਦੋਂ ਆਪਾਂ ਕੰਟਰੀ ਸਾਈਡ 'ਤੇ ਜਾਂਦੇ ਹਾਂ ਜਾਂ ਜਿੱਥੇ ਵੀ ਪਲਾਂਟੇਸ਼ਨ ਹੁੰਦੀ ਹੈ ਉੱਥੇ ਜਦੋਂ ਜਾਂਦੇ ਹਾਂ ਤਾਂ ਸਾਨੂੰ ਇੱਕ ਬਹੁਤ ਹੀ ਰੰਗ ਬਿਰੰਗਾ ਇੱਕ ਦ੍ਰਿਸ਼ ਦੇਖਣ ਨੂੰ ਮਿਲਦਾ ਜਿਹੜਾ ਬੜਾ ਹੀ ਮਨ ਭਾਵਣਾ ਔਰ ਇੱਕ ਵਿਸ਼ੇਸ਼ ਖਿੱਚ ਦਾ ਕਾਰਨ ਜਿਹੜਾ ਇਹ ਹੁੰਦਾ ਫਾਲ ਜਦੋਂ ਹੁੰਦੀ ਹੈ ਪਹਿਲਾਂ ਹਰੇ ਹੁੰਦੇ ਆ ਪੱਤੇ ਫਿਰ ਹਰੇ ਹੋਣ ਤੋਂ ਬਾਅਦ ਥੋੜ੍ਹਾ ਉਹਨਾਂ ਦਾ ਰੰਗ ਬਦਲਦਾ ਜਿਉਂ ਜਿਉਂ ਠੰਡ ਵੱਧਦੀ ਹੈ ਉਹ ਉਹਨਾਂ ਦਾ ਰੰਗ ਗੂੜਾ ਹੁੰਦਾ ਜਾਂਦਾ ਲਾਲ ਹੋ ਜਾਂਦਾ ਔਰੇਂਜ ਹੋ ਜਾਂਦਾ ਔਰ ਮਰੂਨ ਕਲਰ ਦੇ ਵੀ ਬੂਟੇ ਪੱਤੇ ਸਾਨੂੰ ਜਿਹੜੇ ਨਜ਼ਰ ਆਉਂਦੇ ਆ ਅਤੇ ਹੌਲੀ ਹੌਲੀ ਉਹ ਪੱਤੇ ਜਿਹੜੇ ਆ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਆ ਇਹ ਸਾਰਾ ਇਸ ਤਰ੍ਹਾਂ ਕਿਉਂ ਹੁੰਦਾ ਕਿ ਪੱਤੇ ਜਿਸ ਵੇਲੇ ਬੂਟੇ ਗਰੋ ਕਰਦੇ ਆ ਔਰ ਉਹਨਾਂ ਦੀ ਗਰੋਥ ਦੇ ਨਾਲ ਨਾਲ ਪੱਤਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਸੈਨੇਸੈਂਸ ਡਿਵੈਲਪ ਹੋ ਜਾਂਦੀ ਹੈ ਸੈਨੇਸੈਂਸ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਉਹਨਾਂ ਦੀ ਜਿਹੜੀ ਪੱਤਾ ਬੂਟੇ ਦੇ ਨਾਲ ਜੁੜਿਆ ਆ ਉਸ ਜਗ੍ਹਾ ਦੇ ਉੱਤੇ ਇੱਕ ਅਬਸਿਸਨ ਲੇਅਰ ਪੈਦਾ ਹੋ ਜਾਂਦੀ ਹੈ ਔਰ ਉਸ ਦੇ ਨਾਲ ਉਹ ਕਮਜ਼ੋਰ ਹੋ ਜਾਂਦਾ ਉਹ ਪੱਤਾ ਝੜ ਜਾਂਦਾ ਝੜ ਕੇ ਜਦੋਂ ਹਵਾ ਚੱਲਦੀ ਹੈ ਤਾਂ ਪੱਤੇ ਉਹ ਡਿੱਗ ਜਾਂਦੇ ਆ ਜਦੋਂ ਪੱਤੇ ਧਰਤੀ ਦੇ ਉੱਤੇ ਡਿੱਗਦੇ ਆ ਤਾਂ ਉਹ ਖੜਖੜ ਕਰਦੇ ਆ ਔਰ ਬੜਾ ਇੱਕ ਮਨ ਭਾਵਨਾ ਦ੍ਰਿਸ਼ ਉਹ ਵੀ ਪੇਸ਼ ਕਰਦਾ ਲੇਕਿਨ ਇਹ ਇੱਕ ਵੇਸਟ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਬਹੁਤ ਵੈਲਿਊਏਬਲ ਮਟੀਰੀਅਲ ਆ ਕਿਉਂਕਿ ਇਹ ਜਿਹੜੇ ਪੱਤੇ ਆ ਇਹ ਔਰਗੈਨਿਕ ਮੈਟਰ ਹੈ ਇਸ ਔਰਗੈਨਿਕ ਮੈਟਰ ਨੂੰ ਜੇ ਯੂਜ਼ ਕਰ ਲਈਏ ਤਾਂ ਇਸ ਨੂੰ ਬੜੀ ਅੱਛੀ ਕੰਪੋਸਟ ਜਿਹੜੀ ਇਹਦੀ ਬਣਾਈ ਜਾ ਸਕਦੀ ਹੈ ਔਰ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਮਿਊਂਸਪੈਲਿਟੀ ਹੈ ਉਹ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਇਹ ਪੱਤੇ ਇਕੱਠੇ ਕਰ ਲੈਂਦੇ ਆ ਪੱਤੇ ਘਰ ਵਾਲੇ ਜਿਹੜੇ ਆ ਉਹ ਆਪਣੇ ਕਾਗਜ਼ ਦੇ ਲਿਫਾਫਿਆਂ ਵਿੱਚ ਪਾ ਕੇ ਆਪਣੇ ਘਰਾਂ ਤੋਂ ਬਾਹਰ ਰੱਖ ਲੈਂਦੇ ਆ ਔਰ ਉਹਨਾਂ ਪੱਤਿਆਂ ਨੂੰ ਉਹ ਜਿਹੜੇ ਕਮੇਟੀ ਵਾਲੇ ਆ ਜਿਹੜੇ ਉਹ ਟਰੱਕ ਆ ਉਹ ਲੈ ਕੇ ਚਲੇ ਜਾਂਦੇ ਆ ਫਿਰ ਇਹਨਾਂ ਨੂੰ ਕੰਪੋਸਟਿੰਗ ਕਰਦੇ ਆ ਔਰ ਕੰਪੋਸਟਿੰਗ ਜਿਹੜੀ ਹੈ ਉਸ ਨੂੰ ਇੱਕ ਬੜਾ ਤਕਨੀਕੀ ਇੱਕ ਕਿਰਿਆ ਹੈ ਉਸ ਦੇ ਵਿੱਚ ਜਿਹੜੇ ਪੱਤੇ ਜਿਹੜੇ ਬੂਟਿਆਂ 'ਚ ਪੱਤਿਆਂ ਦੇ ਵਿੱਚ ਜ਼ਿਆਦਾ ਲਿਗਨਨ ਹੈ ਉਹ ਜ਼ਿਆਦਾ ਕੰਪੋਸਟਿੰਗ ਵਧੀਆ ਨਹੀਂ ਕਰਦੇ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਘੱਟ ਹੈ ਜਾਂ ਨਾਈਟ੍ਰੋਜਨ ਘੱਟ ਹੈ ਉਹਦੀ ਵੀ ਹੁੰਦੀ ਹੈ ਜੇ ਹਾਈ ਕੈਲਸ਼ੀਅਮ ਅਤੇ ਹਾਈ ਨਾਈਟ੍ਰੋਜਨ ਹੋਵੇ ਔਰ ਲੋ ਲਿਗਨਨ ਹੋਵੇ ਤਾਂ ਬਹੁਤ ਲੰਬਾ ਸਮਾਂ ਲੱਗਦਾ ਪੱਤਿਆਂ ਦੀ ਜਿਹੜੀ ਹੈ ਇਹ ਡੀਕੰਪੋਜੀਸ਼ਨ ਹੋਣ ਨੂੰ ਔਰ ਇਹਨਾਂ ਦੀ ਬ੍ਰੇਕਡਾਊਨ ਹੋਣ ਨੂੰ ਬੜਾ ਟਾਈਮ ਲੱਗਦਾ ਔਰ ਕੁਛ ਦਰਖਤ ਹੈ ਜਿੱਦਾਂ ਐਸ਼ ਹੈ ਚੈਰੀ ਹੈ ਐਲਮ ਹੈ ਪੋਪੂਲਰ ਹੈ ਮੈਪਲ ਹੈ ਇਹੋ ਜਿਹੇ ਬੂਟੇ ਜਾਂ ਬੀਚ ਹੈ ਬਰਚ ਹੈ ਓਕ ਹੈ ਇਹ ਬੂਟਿਆਂ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਟਾਈਮ ਬੜਾ ਲੱਗਦਾ ਔਰ ਜਿਹੜੇ ਮੈਪਲ ਦੇ ਪੱਤੇ ਆ ਇਹ ਜਲਦੀ ਡੀਕੰਪੋਜ਼ ਹੋ ਜਾਂਦੇ ਆਪਾਂ ਦੇਖਦੇ ਜਦੋਂ ਟ੍ਰੇਲ ਦੇ ਵਿੱਚ ਸੈਰ ਕਰਦੇ ਹਾਂ ਪੱਤੇ ਹੁੰਦੇ ਅਤੇ ਆਪਾਂ ਨੂੰ ਲੱਗਦਾ ਜੇ ਮਾੜਾ ਜਿਹਾ ਬਾਰਿਸ਼ ਹੋ ਜਾਏ ਜਾਂ ਗਿੱਲੇ ਹੋ ਜਾਣ ਤਾਂ ਉਹ ਪੱਤੇ ਜਿਹੜੇ ਆ ਉਹ ਗਲਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਪੱਤਿਆਂ ਦੀ ਕੰਪੋਸਟ ਬਹੁਤ ਜਲਦੀ ਬਣਦੀ ਹੈ ਉਹ ਜਿਸ ਵੇਲੇ ਮਿਊਂਸਪੈਲਿਟੀ ਵਾਲੇ ਲੈ ਜਾਂਦੇ ਆ ਜੇ ਅੱਜ ਕੱਲ੍ਹ ਜਿਵੇਂ ਠੰਡ ਹੈ ਉਹ ਠੰਡ ਦੇ ਦਿਨਾਂ ਦੇ ਵਿੱਚ ਉਸ ਦੀ ਇੱਕ ਲੇਅਰ ਬਣਾ ਦਿੰਦੇ ਔਰ ਤਕਰੀਬਨ 8-9 ਇੰਚ ਲੇਅਰ ਜਿਹੜੀ ਉਹਦੀ ਪੱਤਿਆਂ ਦੀ ਬਣਾ ਦਿੱਤੀ ਜਾਂਦੀ ਹੈ ਔਰ ਉਹਦੇ ਉੱਤੇ ਗਰਾਸ ਜਿਹੜੇ ਸ਼ੇਵਿੰਗ ਹੈਗੇ ਆ ਜਿਹੜੇ ਹਰੇ ਰੰਗ ਦਾ ਪਦਾਰਥ ਹੈ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਛਿੜਕਾਅ ਉਹਦਾ ਕਰ ਦੇਣਾ ਉਹਦੇ ਉੱਤੇ ਉਹ ਹਰੇ ਜਿਹੜੇ ਆ ਬਲੇਡਸ ਆ ਗਰਾਸ ਦੇ ਉਹ ਉਹਦੇ ਉੱਤੇ ਛਿੜਕ ਦੇਣਾ ਤਾਂ ਕਿ ਡੀਕੰਪੋਜੀਸ਼ਨ ਦੀ ਜਿਹੜੀ ਕਿਰਿਆ ਉਹ ਤੇਜ਼ ਹੋ ਸਕੇ ਠੰਡ ਦੇ ਵਿੱਚ ਡੀਕੰਪੋਜੀਸ਼ਨ ਘੱਟ ਇਸ ਕਰਕੇ ਹੁੰਦੀ ਕਿਉਂਕਿ ਜਿਹੜੇ ਮਾਈਕਰੋਬ ਹੈ ਉਹ ਜਿਹੜੇ ਇਹਨਾਂ ਨੂੰ ਡੀਕੰਪੋਜ਼ ਕਰਦੇ ਆ ਉਹ ਜ਼ਿਆਦਾ ਐਕਟਿਵ ਨਹੀਂ ਹੁੰਦੇ ਲੋਅ ਟੈਂਪਰੇਚਰ ਕਰਕੇ ਅਤੇ ਉਸ ਨੂੰ ਐਕਟੀਵੇਟ ਕਰਨ ਲਈ ਥੋੜ੍ਹੀ ਜਿਹੀ ਨਾਈਟ੍ਰੋਜਨ ਦੀ ਖਾਦ ਜਿਹੜੀ ਹੈ ਜਿੱਦਾਂ ਯੂਰੀਆ ਜਾਂ ਕੋਈ ਹੋਰ ਨਾਈਟ੍ਰੋਜਨ ਦੀ ਖਾਦ ਹੈ ਉਹ ਤਕਰੀਬਨ ਜੇ ਆਪਾਂ 1 ਮੀਟਰ ਬਾਈ 1 ਮੀਟਰ ਜਗ੍ਹਾ ਹੈ ਉਸਦੇ ਵਿੱਚ 1 ਕੱਪ ਦੇ ਕਰੀਬ ਉਹ ਪਾਤੀ ਜਾਵੇ ਇਸ ਤਰ੍ਹਾਂ ਅਸੀਂ ਅਗਰ ਲੇਅਰ ਬਣਾਉਂਦੇ ਹਾਂ ਤਾਂ ਉਹ ਡੀਕੰਪੋਜੀਸ਼ਨ ਸ਼ੁਰੂ ਹੋ ਜਾਂਦੀ ਹੈ ਉਹ ਡੀਕੰਪੋਜੀਸ਼ਨ ਕਰਦਿਆਂ ਆਪਾਂ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਆਪਾਂ ਹਿਲਾਉਣਾ ਵੀ ਹੈ ਤਾਂ ਕਿ ਉਹਨਾਂ ਵਿੱਚ ਏਰੇਸ਼ਨ ਹੁੰਦੀ ਰਹੇ ਔਰ ਮਾਈਕਰੋਬਸ ਜਿਹੜੇ ਉਹ ਐਕਟਿਵ ਰਹਿਣ ਉਹਨਾਂ ਦੀ ਡੀਕੰਪੋਜੀਸ਼ਨ ਹੋ ਸਕੇ ਔਰ ਆਮ ਤੌਰ 'ਤੇ ਕਿਹਾ ਜਾਂਦਾ ਜਿਹੜਾ ਹਰੇ ਰੰਗ ਦਾ ਪਦਾਰਥ ਹੈ ਉਹ ਮੋਡਰੇਟਲੀ ਡੀਕੰਪੋਜ਼ ਹੁੰਦਾ ਜਿਹੜਾ ਲਾਲ ਰੰਗ ਦਾ ਜਾਂ ਪੀਲੇ ਰੰਗ ਦਾ ਪਦਾਰਥ ਹੈ ਉਹ ਘੱਟ ਪਾਉਣਾ ਕਿਉਂਕਿ ਉਹਦੀ ਡੀਕੰਪੋਜੀਸ਼ਨ ਨੂੰ ਟਾਈਮ ਲੱਗਦਾ ਅਤੇ ਬਰਾਊਨ ਅਤੇ ਜਿਹੜਾ ਹੋਰ ਗੂੜੇ ਰੰਗ ਦੇ ਉਹਨਾਂ ਨੂੰ ਵੀ ਘੱਟ ਪਾਉਣਾ ਅਤੇ ਇਸ ਤਰ੍ਹਾਂ ਕਰਕੇ ਆਪਾਂ ਦੇਖਦੇ ਹਾਂ ਕਿ ਡੀਕੰਪੋਜੀਸ਼ਨ ਹੋ ਜਾਂਦੀ ਹੈ ਹੌਲੀ ਹੌਲੀ ਉਹ ਕੰਪੋਸਟ ਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਜਾਂਦਾ ਉਹ ਡਾਰਕ ਕਲਰ ਦੀ ਬਣ ਜਾਂਦੀ ਹੈ ਔਰ ਉਸ ਨੂੰ ਆਪਾਂ ਇਕੱਠੀ ਕਰਕੇ ਦੁਬਾਰਾ ਉਹਨਾਂ ਬੂਟਿਆਂ 'ਚ ਪਾ ਸਕਦੇ ਹਾਂ ਇਹ ਦੇਖੋ ਇੱਕ ਕ੍ਰਿਆ ਕਿਸ ਤਰ੍ਹਾਂ ਦੀ ਹੈ ਕਿ ਬੂਟਿਆਂ ਦੇ ਪੱਤੇ ਝੜਦੇ ਆ ਫਿਰ ਉਹੀ ਪੱਤੇ ਕੰਪੋਸਟ ਬਣ ਕੇ ਉਹ ਬੂਟਿਆਂ ਦੀ ਜਿਹੜੀ ਨਿਊਟ੍ਰੀਸ਼ਨ ਦਾ ਖਿਆਲ ਰੱਖਦੇ ਆ ਔਰ ਇਹ ਸਾਈਕਲ ਜਿਹੜਾ ਹੈ ਪੂਰਾ ਹੁੰਦਾ ਔਰ ਆਪਾਂ ਨੂੰ ਇਸ ਤਰ੍ਹਾਂ ਕਰਕੇ ਮੈਂ ਸਮਝਦਾ ਕਿ ਵੱਧ ਤੋਂ ਵੱਧ ਔਰਗੈਨਿਕ ਮੈਟਰ ਨੂੰ ਸਾਂਭਣਾ ਚਾਹੀਦਾ ਪੱਤਿਆਂ ਦੀ ਕੰਪੋਸਟਿੰਗ ਕਰਨੀ ਚਾਹੀਦੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੇ ਕਿਚਨ ਦੇ ਜਿਹੜੇ ਮਟੀਰੀਅਲ ਹੁੰਦਾ ਚਾਹੇ ਉਹ ਕੁੱਕਡ ਹੈ ਚਾਹੇ ਉਹ ਅਨਕੁੱਕਡ ਹੈ ਉਹ ਵੀ ਪਾ ਸਕਦੇ ਹਾਂ ਔਰ ਇਸ ਤਰ੍ਹਾਂ ਅਸੀਂ ਪੇਪਰ ਦੀਆਂ ਜਿਹੜੀਆਂ ਕਾਗਜ਼ ਦੀਆਂ ਸ਼ਰੈਡਸ ਹੈਗੇ ਆ ਉਹਨਾਂ ਦਾ ਵੀ ਇੱਕ ਫਿਲਟਰ ਬਣਾ ਸਕਦੇ ਹਾਂ
ਇਹ ਜਿਹੜੀ ਗਰਾਊਂਡ ਕਾਫੀ ਹੈ ਕਈ ਵਾਰੀ ਹੁੰਦੀ ਹੈ ਉਹਦਾ ਵੀ ਰਹਿੰਦ ਖੁੰਦ ਬਚਿਆ ਹੁੰਦਾ ਉਹ ਵੀ ਪਾ ਸਕਦੇ ਹਾਂ ਇਹਦੇ ਨਾਲ ਸਾਰਾ ਕੁਛ ਇੱਕ ਕੰਪੋਸਟ ਬਣ ਜਾਂਦਾ ਬੜੀ ਅੱਛੀ ਕੰਪੋਸਟ ਬਣ ਜਾਂਦੀ ਹੈ ਜਿਹਦੇ ਵਿੱਚ ਬਹੁਤ ਲੋੜੀਂਦੇ ਖੁਰਾਕੀ ਤੱਤ ਹੁੰਦੇ ਜਿਹੜੇ ਬੂਟੇ ਨੂੰ ਚਾਹੀਦੇ ਆ ਉਹ ਗਮਲਿਆਂ ਵਾਸਤੇ ਵੀ ਵਰਤੇ ਜਾ ਸਕਦੇ ਆ ਸਬਜ਼ੀਆਂ ਉਗਾਉਣ ਵਾਸਤੇ ਫਲੈਟਸ ਵਾਸਤੇ ਵੀ ਵਰਤੇ ਜਾ ਸਕਦੇ ਆ ਔਰ ਜਿਹੜੇ ਸਾਡੇ ਦਰਖਤ ਹੈਗੇ ਆ ਮੈਪਲ ਹੈ ਜਾਂ ਹੋਰ ਬੂਟੇ ਆ ਜਿਹੜੇ ਘਰਾਂ ਦੇ ਬਾਹਰ ਲੱਗੇ ਆ ਉਹਨਾਂ ਦੇ ਪਿੱਟ ਵਾਸਤੇ ਵੀ ਉਹ ਵਰਤੇ ਜਾ ਸਕਦੇ ਆ ਤਾਂ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਹੈ ਇਹ ਖਾਦ ਜਿਹੜੀ ਹੈ ਜਿਹਨੂੰ ਕੰਪੋਸਟ ਕਹਿੰਦੇ ਆ ਉਹ ਬਣਾਈ ਜਾ ਸਕਦੀ ਹੈ ਇੱਕ ਤਾਂ ਕੰਪੋਸਟ ਬਣ ਜਾਂਦੀ ਹੈ ਔਰ ਸਾਡੇ ਉਹ ਰੀਯੂਜ਼ ਹੋ ਜਾਂਦੀ ਹੈ ਇੱਕ ਤਰ੍ਹਾਂ ਦਾ ਇਹ ਰੀਸਾਈਕਲਿੰਗ ਹੈ ਦੂਸਰਾ ਜੇ ਮੰਨ ਲਓ ਕੰਪੋਸਟ ਨਾ ਬਣਾ ਸਕੀਏ ਤਾਂ ਲੈਂਡਫਿਲ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਵੱਡੇ ਢੇਰ ਲੱਗ ਜਾਣਗੇ ਉਸ ਚੀਜ਼ ਨੂੰ ਵੀ ਰਿਡਿਊਸ ਕਰਨ ਦੇ ਵਿੱਚ ਇਹ ਸਾਡਾ ਜਿਹੜਾ ਟੈਕਨੋਲੋਜੀ ਹੈ ਕੰਪੋਸਟ ਬਣਾਉਣ ਦੀ ਇਹ ਲਾਹੇਵੰਦ ਸਾਬਤ ਹੁੰਦੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਬੰਦਿਆਂ ਕੋਲ ਟਾਈਮ ਹੈ ਉਹ ਕੰਪੋਸਟ ਬਣਾਉਣ ਦੇ ਵਿੱਚ ਜ਼ਰੂਰ ਟਰਾਈ ਕਰਨ ਔਰ ਮਿਊਂਸੀਪੈਲਿਟੀ ਦੇ ਪ੍ਰੋਗਰਾਮ ਲਈ ਵਲੰਟੀਅਰ ਕਰਨ ਆਪਣੇ ਆਪ ਨੂੰ ਕਿ ਕੰਪੋਸਟ ਬਣਾਈ ਜਾ ਸਕੇ ਔਰ ਉਹਨਾਂ ਕੋਲੋਂ ਲੋੜ ਦੇ ਹਿਸਾਬ ਦੇ ਨਾਲ ਕੰਪੋਸਟ ਲੈ ਲੈਣ ਆਪਣੇ ਗਮਲਿਆਂ ਵਿੱਚ ਆਪਣੇ ਫਲੈਟਸ ਵਿੱਚ ਆਪਣੀ ਨਰਸਰੀ ਵਿੱਚ ਔਰ ਆਪਣੇ ਬੂਟਿਆਂ ਦੀ ਜਿਹੜੀ ਖੁਰਾਕੀ ਸੇਵਾ ਵਾਸਤੇ ਇਹ ਕੰਪੋਸਟ ਜਿਹੜੀ ਉਹਨੂੰ ਲੈ ਕੇ ਤਾਂ ਉਹਨੂੰ ਵਰਤ ਸਕਦੇ ਆ ਅਤੇ ਇਸ ਕਿਰਿਆ ਨੂੰ ਸਮਝਣਾ ਚਾਹੀਦਾ ਔਰ ਇਹ ਇੱਕ ਈਕੋ ਫਰੈਂਡਲੀ ਜਿਹੜੀ ਹੈ ਵਾਤਾਵਰਨ ਦੇ ਹਿਸਾਬ ਦੇ ਨਾਲ ਜਿਹੜੀ ਕਿਰਿਆ ਹੈ ਰੀਸਾਈਕਲਿੰਗ ਵਾਲੀ ਕਿਰਿਆ ਹੈ ਰੀਯੂਜ਼ਿੰਗ ਵਾਲੀ ਕਿਰਿਆ ਹੈ ਇਸ ਨੂੰ ਆਪਾਂ ਜ਼ਰੂਰ ਇਸਤੇਮਾਲ 'ਚ ਲਿਆਉਣਾ ਚਾਹੀਦਾ।